ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਚੱਲ ਰਹੀ ਹੈ ਜਿਹਦੇ 'ਚ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸ੍ਰੀ ਪੰਜਾਬ ਸਾਹਿਬ ਦੇ ਵਿੱਚ ਅੱਗ ਲੱਗੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਖਾਸਨ ਨੇ, ਜਿੱਥੇ ਪ੍ਰਕਾਸ਼ ਹੋ ਰਿਹਾ। ਮੈਂ ਪੂਰੀ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਗੁਰਦੁਆਰਾ ਪੰਜਾਬ ਸਾਹਿਬ ਵਿੱਚ ਨਾ ਅੱਗ ਲੱਗੀ ਨਾ ਕੋਈ ਨੁਕਸਾਨ ਹੋਇਆ। ਜਿੱਥੇ ਸੁਖਾਸਨ ਅਸਥਾਨ ਹੈ ਉਹ ਵੀ ਬਿਲਕੁਲ ਮਹਿਫੂਜ਼ ਹੈ, ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਵੀ ਬਿਲਕੁਲ ਮਹਿਫੂਜ਼ ਹੈ, ਉੱਥੇ ਕੋਈ ਨਾ ਅੱਗ ਲੱਗੀ ਅਤੇ ਨਾ ਕੋਈ ਨੁਕਸਾਨ ਹੋਇਆ। ਹਾਂ, ਗੁਰਦੁਆਰੇ ਦੇ ਸਾਹਮਣੇ ਪੁਰਾਣਾ ਦੀਵਾਨ ਹਾਲ ਹੈ, ਉਹਦੇ ਉੱਪਰ ਛੱਤ 'ਤੇ ਥੋੜ੍ਹਾ ਕੰਮ ਹੋ ਰਿਹਾ ਸੀ ਬਿਲਡਿੰਗ ਦਾ, ਅਤੇ ਉਹਦੀ ਚਿੰਗਾਰੀ ਥੱਲੇ ਡਿੱਗ ਕੇ 5-6 ਜੋੜਾ ਬਿਸਤਰਾ ਜ਼ਰੂਰ ਉੱਥੇ ਸੜਿਆ, ਅਤੇ ਉਹਨੂੰ ਕੁਛ ਲੋਕ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਅੱਗ ਲੱਗੀ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਦੱਸਣਾ ਚਾਹੁੰਦਾ ਹਾਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਇਹਦੇ 'ਤੇ ਸਟੇਟਮੈਂਟ ਜਾਰੀ ਕਰਨਗੇ, ਅਤੇ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋਇਆ। ਜਿਹੜਾ ਦੀਵਾਨ ਹਾਲ ਹੈ ਗੁਰਦੁਆਰਾ ਦੇ ਬਿਲਕੁਲ ਸਾਹਮਣੇ, ਉੱਥੇ ਬਿਲਡਿੰਗ ਦਾ ਕੰਮ ਹੋ ਰਿਹਾ ਸੀ, ਉਹਦੀ ਚਿੰਗਾਰੀ ਥੱਲੇ ਡਿੱਗ ਕੇ 5-6 ਜੋੜੇ ਬਿਸਤਰੇ ਜ਼ਰੂਰ ਸੜੇ ਨੇ। ਬਾਕੀ ਮੈਂ ਪੂਰੀ ਸਿੱਖ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਵਾਕਿਆ ਪੇਸ਼ ਨਹੀਂ ਹੋਇਆ, ਅਤੇ ਜਿਹੜੇ ਸ਼ਰਾਰਤੀ ਲੋਕ ਨੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਚਲਾ ਰਹੇ ਹੈ, ਸਰਾਸਰ ਜੂਠੀਆਂ ਖਬਰਾਂ ਨੇ, ਸਰਾਸਰ ਝੂਠ ਬੋਲ ਰਹੇ ਨੇ।